ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਆ ਹਾਲ ਚਾਲ ਹੈ ਜੀ ਸਾਰਿਆਂ ਦੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋ ਤਿੰਨ ਬੇਨਤੀਆਂ ਸੀਗੀਆਂ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗਾਣੇ ਨੂੰ ਪਿਆਰ ਦੇਣ ਲਈ, ਅਤੇ ਟਿੱਬਿਆਂ ਦਾ ਪੁੱਤ 18 ਮਿਲੀਅਨ ਕ੍ਰੋਸ ਕਰ ਚੁੱਕਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਅਤੇ ਦੂਜੀਆਂ ਤੀਜੀਆਂ ਜਿਹੜੀਆਂ ਬੇਨਤੀਆਂ ਸੀਗੀਆਂ, ਮੈਂ ਤੁਹਾਨੂੰ ਬੇਨਤੀ ਜਿਹਾ ਫੈਲ ਰਿਹਾ ਕਰੋਨਾ ਵਾਇਰਸ ਹੈ ਨਾ, ਅਤੇ ਆਪਾਂ ਨੂੰ ਇਹ ਪਤਾ ਵੀ ਆਪਣੇ ਦੇਸ਼ ਦਾ ਥੋੜ੍ਹਾ ਢਾਂਚਾ ਵੱਡਾ ਦੇਸ਼ ਹੈ ਅਤੇ ਬਾਹਲੀ ਜ਼ਿਆਦਾ ਪਾਪੂਲੇਸ਼ਨ ਹੈ, ਅਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂ, ਜਿਹੜੇ ਮੇਰੇ ਵੀਰ ਭਰਾ ਜਿਹੜੇ ਬਾਹਰੋਂ ਆ ਰਹੇ ਨੇ ਕੈਨੇਡਾ ਅਮੈਰੀਕਾ ਕਿਤੋਂ ਵੀ ਇੱਥੇ ਇੰਡੀਆ ਆ ਰਹੇ ਨੇ ਵੀਰੇ, 14 ਦਿਨਾਂ ਆਪਦੇ ਆਪ ਨੂੰ ਸੈਲਫ ਆਈਸੋਲੇਟ ਰੱਖੋ, ਹੈ ਨਾ, ਦੂਰ ਰਹੋ, ਇਹ ਤੁਹਾਡੀ ਆਪਦੀ ਸਿਹਤ ਵਾਸਤੇ ਵੀ ਚੰਗਾ ਅਤੇ ਤੁਹਾਡੇ ਘਰ ਦੀ ਸਿਹਤ ਵਾਸਤੇ ਵੀ ਚੰਗਾ। ਅਤੇ ਇੱਕ ਸਾਰੇ ਜਣੇ ਭਰਾ ਜਿੰਨੇ ਵੀ ਪਿਆਰ ਕਰਦੇ ਆ, ਸਾਰੇ ਜਣੇ ਆਪਦੇ ਹੱਥ ਧੋਇਆ ਕਰੋ ਅੱਧੇ ਘੰਟੇ ਬਾਅਦ, ਅਤੇ ਜਦੋਂ ਵੀ ਤੁਸੀਂ ਕਿਤੇ ਸਨੀਜ਼ਿੰਗ ਕਰਦੇ ਹੋ ਜਾਂ ਤੁਹਾਨੂੰ ਕਫ ਹੁੰਦੀ ਹੈ, ਤੁਸੀਂ ਸਾਈਡ 'ਤੇ ਹੋ ਕੇ ਜਾਂ ਹੈ ਨਾ ਵੀ ਮੂੰਹ ਨੂੰ ਢੱਕ ਕੇ ਰੱਖੋ ਆਲਵੇਜ਼। ਅਤੇ ਆਹ ਛੋਟੀਆਂ ਛੋਟੀਆਂ ਬੇਨਤੀਆਂ ਨੇ, ਖਾਸ ਕਰਕੇ ਜਿਹੜੇ ਮੈਂ ਜਿਹੜੇ ਆਪਣੇ ਸੱਜਣ ਮਿੱਤਰ ਬਾਹਰੋਂ ਆ ਰਹੇ ਨੇ, ਬਾਈ ਗਿਫਟ ਗੁਫਟ ਆਪਦੇ ਚਾਚੇ ਮਾਮੇ ਤਾਇਆਂ ਨੂੰ ਬਾਅਦ 'ਚੋਂ ਮਿਲ ਲਿਓ, ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਬਾਅਦ 'ਚੋਂ ਮਿਲ ਲਿਓ, ਪਹਿਲਾਂ ਆਪਣੀ ਸਿਹਤ ਜ਼ਰੂਰੀ ਹੈ ਮੇਰਾ ਵੀਰ, ਆਪਣੀ ਸਿਹਤ ਦਾ ਖਿਆਲ ਰੱਖੋ, 14 ਕੁ ਦਿਨ ਆਪਦਾ ਘਰੇ ਟਿੱਕੇ ਬੈਠੋ ਆਰਾਮ ਨਾਲ ਆਪਦੇ ਕਮਰੇ ਦੇ ਵਿੱਚ, ਹੈ ਨਾ, ਅਤੇ ਬਾਹਰ ਨਾ ਨਿਕਲੋ, ਅਤੇ ਠੀਕ ਹੈ ਨਾ। ਅਤੇ ਜਿਹੜੇ ਇੱਥੇ ਆਉਣ ਜਾਣ ਵਾਲੇ ਨੇ ਬਾਈ, ਮੂਸੇ ਪਿੰਡ ਵੀ ਆਉਂਦੇ ਨੇ ਵੀਰੇ, ਮੈਂ ਇੱਥੇ ਸਾਰਿਆਂ ਨੂੰ ਬੇਨਤੀ ਕਰਦਾ ਵੀਰੇ ਕੋਈ ਨਾ ਆਇਓ ਹਜੇ, ਹੋਰੀ ਸਿਹਤ ਦਾ ਖਿਆਲ ਰੱਖੋ, ਆਪਦੇ ਘਰੇ ਟਿੱਕੇ ਬਹਿ ਜਾਓ, ਤੁਹਾਨੂੰ ਵੀ ਪਤਾ ਰੌਲਾ ਰੱਪਾ ਕਿੰਨਾ ਚੱਲ ਰਿਹਾ, ਆਪਦਾ ਧਿਆਨ ਰੱਖੋ, ਠੀਕ ਹੈ ਜੀ। ਅਤੇ ਮੂੰਹ ਢੱਕ ਕੇ ਰੱਖੋ ਆਪਦੇ ਹੱਥ ਅੱਧੇ ਅੱਧੇ ਘੰਟੇ ਬਾਅਦ ਸਾਬਣ ਨਾਲ, ਤਾਂ ਉਹ ਘੱਟੋ ਘੱਟ 20 ਜਾਂ 25 ਸਕਿੰਟ ਵਾਸਤੇ, ਯਾਨੀ ਕਿ ਉਹਦੇ 'ਤੇ ਸੈਨੇਟਾਈਜ਼ਰ ਜਾਂ ਸਾਬਣ ਲੱਗਣੀ ਚਾਹੀਦੀ ਹੈ, ਉਹਦੇ ਨਾਲ ਉਹ ਕੰਪਲੀਟਲੀ ਯਾਨੀ ਕਿ ਡੈੱਡ ਹੋ ਜਾਂਦਾ ਵਾਇਰਸ। ਅਤੇ ਆਪਣਾ ਖਿਆਲ ਰੱਖੋ, ਮੇਨਲੀ ਗੱਲ ਇਹ ਹੈ। ਅਤੇ ਜਿਹੜੇ ਬਾਹਰ ਵਾਲੇ ਬੰਦੇ ਨੇ ਬਾਈ, ਆਪਣੇ ਆਪ ਨੂੰ ਸੈਲਫ ਆਈਸੋਲੇਟ ਰੱਖੋ 14 ਦਿਨਾਂ ਖਾਤਰ, ਕਿਸੇ ਨੂੰ ਨਾ ਮਿਲੋ, ਠੀਕ ਹੈ, ਜ਼ਿਆਦਾ ਭੀੜ ਵਾਲੀਆਂ ਜਗ੍ਹਾਵਾਂ 'ਤੇ ਨਾ ਜਾਓ, ਕੋਈ ਨਹੀਂ ਮੇਲੇ ਬਥੇਰੇ ਆਉਣਗੇ, ਮੇਲੇ ਅਗਲੇ ਸਾਲ ਵੀ ਆ ਜਾਣਗੇ, ਮੇਲਿਆਂ 'ਤੇ ਫਿਰ ਜਾ ਆਇਓ। ਅਤੇ ਆਪਣੀ ਸਿਹਤ ਦਾ ਖਿਆਲ ਰੱਖਿਓ ਖਾਸ ਕਰਕੇ, ਠੀਕ ਹੈ ਨਾ ਜੀ। ਜਿਹੜੇ ਇੱਥੇ ਪਿੰਡ ਆਉਂਦੇ ਆ, ਮੈਂ ਉਹਨਾਂ ਨੂੰ ਵੀ ਕਹਿੰਦਾ ਬੇਨਤੀ ਹੈ ਜੀ, ਹੁਣ 14-15 ਦਿਨ ਵਾਸਤੇ ਟਾਲ ਵੱਟੋ ਅਤੇ ਮੇਰੇ ਕੋਲ ਇੱਥੇ ਮਿਲਣ ਨਾ ਆਇਓ, ਅਤੇ ਬਾਅਦ 'ਚੋਂ ਜਦੋਂ ਵੀ ਹੋਊਗਾ ਆਪਾਂ ਮਿਲਾਂਗੇ, ਕੋਈ ਮਸਲੇ ਵਾਲੀ ਗੱਲ ਨਹੀਂ, ਇੱਕ ਵਾਰੀ ਸਾਰਾ ਸੈੱਟ ਹੋ ਜਾਣ ਦਿਓ। ਅਤੇ ਆਪਣਾ ਸਾਰੇ ਇਹਨੂੰ ਆਪਾਂ ਕਿਸੇ ਵੀ ਚੀਜ਼ ਨੂੰ, ਇਹ ਸੀਰੀਅਸ ਪ੍ਰੋਬਲਮ ਹੈ ਜਿਹਨੂੰ ਮਜ਼ਾਕ ਦੇ ਵਿੱਚ ਨਾ ਲਿਆ ਜਾਵੇ। ਅਤੇ ਜਿੰਨੀਆਂ ਵੀ ਇਹਦੀਆਂ ਇੰਸਟਰਕਸ਼ਨਸ ਨੇ, ਪਿੰਡੋ ਪਿੰਡੀ ਸਰਕਾਰਾਂ ਵੀ ਕਹਿ ਰਹੀਆਂ ਨੇ, ਹੈ ਨਾ, ਥੋੜ੍ਹੇ ਇੰਸਟਰਕਸ਼ਨਸ ਭੇਜ ਰਹੀਆਂ ਨੇ, ਪੈਂਪਲੇਟਸ ਵੰਡ ਰਹੀਆਂ ਨੇ, ਸੋ ਉਹਨੂੰ ਸੀਰੀਅਸ ਲਓ, ਧਿਆਨ ਰੱਖੋ, ਠੀਕ ਹੈ ਨਾ, ਬਾਹਰ ਨਾ ਨਿਕਲੋ, ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ, ਆਪਣੇ ਹੱਥ ਸਾਫ਼ ਰੱਖੋ, ਠੀਕ ਹੈ ਨਾ ਜੀ, ਅਤੇ ਮੂੰਹ ਢੱਕ ਕੇ ਰੱਖੋ, ਠੀਕ ਹੈ, ਸੈਨੇਟਾਈਜ਼ਰ ਜੇਬ 'ਚ ਰੱਖਿਆ ਕਰੋ ਆਪਦੀ ਸਾਰੇ ਜਣੇ। ਅਤੇ ਬਸ ਇੰਨੀਆਂ ਕੁ ਬੇਨਤੀਆਂ ਨੇ ਮੇਰੀਆਂ। ਅਤੇ ਦੂਜੀ ਗੱਲ ਇਹ ਹੈ, ਇਹ ਤੁਹਾਡੇ ਸਾਰਿਆਂ ਦੀ ਸਿਹਤ ਦੇ ਲਈ ਹੈ ਵੀਰੇ, ਹੈ ਨਾ, ਆਪਣਾ ਖਿਆਲ ਆਪ ਰੱਖੋ, ਠੀਕ ਹੈ ਨਾ, ਅਤੇ ਇਹਨੂੰ ਮਜ਼ਾਕ ਸਮਝ ਕੇ ਨਾ ਲਓ ਬਾਈ, ਠੀਕ ਹੈ ਨਾ, ਆਪਦਾ ਧਿਆਨ ਰੱਖੋ, ਭੀੜ ਵਾਲੀਆਂ ਜਗ੍ਹਾਵਾਂ 'ਤੇ ਨਾ ਜਾਓ, ਬੱਸਾਂ ਬੁੱਸਾਂ ਸਭ ਕੁਛ ਬੰਦ ਹੋਣ ਲੱਗਿਆ। ਅਤੇ ਸੋ ਬੈਟਰ ਹੈ ਸਟੇ ਹੋਮ, ਹੈ ਨਾ, ਸੇਫ ਰਹੋ, ਠੀਕ ਹੈ ਨਾ, ਖੁਸ਼ ਰਹੋ, ਤੰਦਰੁਸਤ ਰਹੋ, ਬਸ ਮੇਰੀ ਇਹੀ ਬੇਨਤੀ ਹੈ। ਬਾਹਰ ਵਾਲਾ ਜੇ ਕੋਈ ਵੀ ਵੀਰ ਭਰਾ ਆ ਰਿਹਾ ਹੈਗਾ, ਠੀਕ ਹੈ ਨਾ, ਆਪਦੇ ਘਰੇ ਰਹੋ, 14 ਦਿਨ ਆਪਦੇ ਆਪ ਨੂੰ ਸੈਲਫ ਆਈਸੋਲੇਟ ਰੱਖੋ, ਬਾਹਰ ਵਾਲੇ ਖਾਸ ਕਰਕੇ ਕਿਸੇ ਨੂੰ ਨਾ ਮਿਲੋ, ਕਿਉਂਕਿ ਤੁਸੀਂ ਜੇ ਉੱਥੋਂ ਆ ਕੇ ਬਾਹਰੋਂ ਰੱਬ ਨਾ ਕਰੇ ਤੁਹਾਨੂੰ ਕੋਈ ਥੋੜ੍ਹੀ ਬਹੁਤੀ ਪ੍ਰੋਬਲਮ ਹੋਵੇ, ਤਾਂ ਉਹ ਅੱਗੇ ਵੀ ਫੈਲ ਸਕਦੀ ਹੈ, ਪਰਿਵਾਰ ਵਾਲਿਆਂ ਨੂੰ ਫੈਲ ਸਕਦੀ ਹੈ, ਆਸੇ ਪਾਸੇ ਵਾਲਿਆਂ ਨੂੰ ਫੈਲ ਸਕਦੀ ਹੈ, ਤਾਂ ਆਪਦਾ ਧਿਆਨ ਰੱਖਿਓ, ਠੀਕ ਹੈ ਮੇਰਾ ਵੀਰ। ਗਾਣੇ ਗੁਣੇ ਤਾਂ ਚੱਲਦੇ ਰਹਿਣਗੇ, ਅਤੇ ਸਾਰਿਆਂ ਤੋਂ ਪਹਿਲਾਂ ਆਪਣੀ ਹੈਲਥ ਹੈ, ਸੇਫਟੀ ਹੈ, ਤੁਹਾਡੇ ਸਾਰਿਆਂ ਦੀ ਸੇਫਟੀ ਹੈ, ਆਪਣਾ ਸਾਰੇ ਜਣੇ ਖਿਆਲ ਰੱਖਿਓ ਜੀ, ਸਤਿ ਸ਼੍ਰੀ ਅਕਾਲ ਜੀ।